ஃபாதர் மைக்கேல் ஜலந்த சென்ட் மேரிஸ் கதீட்ரல் தான் சவுனி சர்ச் தான் ரெக்டர் ਬਿੱਥੇ ਦਿਨਾਂ ਵਿੱਚ ਜੋ ਵੀ ਮੀਡੀਆ ਦੇ ਰਾਹੀਂ ਅਸੀਂ ਸੁਣਦਾ ਰਿਹਾ ਉਹਨਾਂ ਸਾਰੀਆਂ ਗੱਲਾਂ ਨੂੰ ਇੱਕ ਅਜਿਹਾ ਸਮਾਪਤੀ ਵੱਲ ਆ ਰਹੇ ਨੇ ਕਿਉਂਕਿ ਬਿਸ਼ਪ ਸਾਹਿਬ ਦੇ ਵਿਰੁੱਧ ਜੋ ਇਲਜ਼ਾਮ ਹੋਇਆ ਉਹਦੇ ਬਾਰੇ ਜਾਂਚ ਪੜਤਾਲ ਹੋ ਰਹੀ ਸੀ ਕਰੀਬਨ 45 ਦਿਨ ਦੇ ਇਹ ਜਾਂਚ ਪੜਤਾਲ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਪੁਲਿਸ ਆਫਿਸਰ ਲੋਕ ਜਿੰਨੇ ਵੀ ਇਸ ਪੜਤਾਲ ਦੇ ਵਿੱਚ ਇਨਵੋਲਵ ਕੀਤੇ ਨੇ ਔਰ ਅੱਜ ਦੁਪਹਿਰ ਤੋਂ ਲੈ ਕੇ ਨਾ ਕੱਲ੍ਹ ਦੁਪਹਿਰ ਤੋਂ ਲੈ ਕੇ ਹੁਣ 5 ਵਜੇ ਤੱਕ ਇੱਥੇ ਬਿਸ਼ਪ ਸਾਹਿਬ ਸਮੇਤ ਕਈ ਫਾਦਰਾਂ ਨੂੰ ਅਤੇ ਬਿਸ਼ਪ ਸਾਹਿਬ ਜੀ ਨੂੰ ਲੰਬੇ ਸਮੇਂ ਦੇ ਵਿੱਚ ਪੁੱਛਤਾਛ ਕੀਤਾ ਉਹ ਜਿੰਨੇ ਵੀ ਗੱਲਾਂ ਉਹਨਾਂ ਜਾਣਨਾ ਚਾਹਤੇ ਸੀ ਉਹ ਸਭ ਜਾਣ ਲਏ ਔਰ ਬਿਸ਼ਪ ਸਾਹਿਬ ਪੂਰਨ ਤੌਰ 'ਤੇ ਉਹਨਾਂ ਨੂੰ ਸਹਿਯੋਗ ਦਿੱਤਾ ਕੱਲ੍ਹ ਜਦੋਂ ਉਹਨੋਂ ਆਇਆ ਉਹਨਾਂ ਇਹ ਨਹੀਂ ਦੱਸਿਆ ਸੀ ਕਿ ਬਿਸ਼ਪ ਸਾਹਿਬ ਨੂੰ ਮਿਲਣਾ ਹੈ ਉਹਨਾਂ ਇੱਥੇ ਬਿਸ਼ਪ ਸਾਹਿਬ ਦਾ ਉਹਦਾ ਕਮਰਾ ਔਰ ਸਾਰੇ ਖੋਜ ਕਰ ਰਹੇ ਸਨ ਸਾਰੇ ਡਿਟੇਲ ਉਹਨਾਂ ਨੂੰ ਜੁੜ ਚਾਹਤੇ ਸੀ ਉਹਦੇ ਉਹਨੂੰ ਲੱਭਦੇ ਫਿਰਦੇ ਸੀ ਔਰ ਉਹਦੇ ਬਾਅਦ ਫਾਦਰ ਸਾਹਿਬਾਨੰਦ ਜਿੰਨਿਆਂ ਨੂੰ ਉਹਨਾਂ ਪੁੱਛਤਾਛ ਕਰਨਾ ਸੀ ਉਹਨਾਂ ਦੇ ਨਾਲ ਵੀ ਮੇਲ ਮਿਲਾਪ ਹੋਇਆ ਉਹਨਾਂ ਉਹਦੇ ਬਾਅਦ ਉਹਨੇ ਦੱਸਿਆ ਬਿਸ਼ਪ ਸਾਹਿਬ ਨੂੰ ਵੀ ਮਿਲਣਾ ਹੈ ਉਸ ਸਮਾਂ ਬਿਸ਼ਪ ਸਾਹਿਬ ਨੂੰ ਵੀ ਸੁਨੇਹਾ ਦਿੱਤਾ ਬਿਸ਼ਪ ਸਾਹਿਬ ਆਇਆ ਕਰੀਬਨ 7:30 ਤੋਂ ਹੁਣ ਤੱਕ ਬਿਸ਼ਪ ਸਾਹਿਬ ਦੇ ਨਾਲ ਪੁੱਛਗਿੱਛ ਹੋ ਰਹੀ ਸੀ ਤੋ ਪੂਰਨ ਤੌਰ 'ਤੇ ਬਿਸ਼ਪ ਸਾਹਿਬ ਨੇ ਇਹਦੇ ਸਹਿਯੋਗ ਦਿੱਤਾ ਔਰ ਅੱਜ ਦੇ ਇਸ ਇੱਕ ਅਜਿਹਾ ਮੌਕੇ 'ਤੇ ਆ ਗਿਆ ਜਿਹੜਾ ਬਿਸ਼ਪ ਸਾਹਿਬ ਨੂੰ ਅਰੈਸਟ ਕਰਨ ਦਾ ਇੱਕ ਰੌਲਾ ਚੋਪਾ ਚੱਲ ਰਹੀ ਸੀ ਪੁਲਿਸ ਨੇ ਇਹ ਫੈਸਲਾ ਕੀਤਾ ਕਿ ਹੁਣ ਉਹਦਾ ਕੋਈ ਜ਼ਰੂਰਤ ਨਹੀਂ ਕਿਉਂਕਿ ਬਿਸ਼ਪ ਸਾਹਿਬ ਦੇ ਵੱਲੋਂ ਪੂਰਾ ਸਹਿਯੋਗ ਹੈ ਔਰ ਜਦੋਂ ਅੱਗੇ ਇਹਦੇ ਬਾਰੇ ਹੋਰ ਪੁੱਛਤਾਛ ਹੋਏਗਾ ਖੋਜ ਕਰੇਗਾ ਕੋਈ ਵੀ ਗੱਲ ਦੇ ਵਿੱਚ ਜ਼ਰੂਰੀ ਪਿਆ ਤੋਂ ਬਾਅਦ ਮੈਂ ਕੋਈ ਡਿਵੈਲਪਮੈਂਟ ਹੋਊਗਾ ਪਰ ਹੁਣ ਤੱਕ ਅਰੈਸਟ ਦਾ ਕੋਈ ਮਸਲਾ ਨਹੀਂ ਹੈ ਸੋ ਅੱਜ ਇੱਥੋਂ ਚਲੇ ਗਏ ਫਿਰ ਜਿਨ੍ਹਾਂ ਨੂੰ ਹੋਰ 2-3 ਲੋਕਾਂ ਨੂੰ ਵੀ ਉਹਨਾਂ ਪੁੱਛਤਾਛ ਕਰਨ ਦੀ ਲੋੜ ਹੈ ਉਹ ਵੀ ਕਰਕੇ ਉਹਨਾਂ ਵਾਪਸ ਚਲੇ ਜਾਣ ਹੋਰ ਕੋਈ ਤਸੱਲੀ ਹੋ ਗਿਆ ਇਸ ਲਈ ਉਹਨਾਂ ਵਾਪਸ ਚਲਾ ਗਿਆ ਉਹਨਾਂ ਨੂੰ ਅਜੇ ਕੋਈ ਸ਼ੱਕ ਵਾਲੀ ਗੱਲ ਨਹੀਂ ਉਹਨਾਂ ਵੱਲੋਂ ਬਹੁਤ ਸਾਰਿਆਂ ਨਾਲ ਵਿਚਾਰ ਵਟਾਂਦਰਾ ਹੋਇਆ ਗੋਚ ਕੀਤਾ ਸਾਰੇ ਗੱਲਬਾਤ ਦੇ ਬਾਅਦ ਉਹਨਾਂ ਇੱਕ ਸਿੱਟੇ 'ਤੇ ਪਹੁੰਚਿਆ ਕਿ ਇਹ ਇੱਕ ਝੂਠਾ ਇਲਜ਼ਾਮ ਸੀ ਔਰ ਇਹਦੇ ਵਿਰੁੱਧ ਇੱਕ ਅਜਿਹਾ ਜਾਇਜ਼ ਹੈ ਉਹਦੇ ਕਾਰਨ ਇਹ ਸਾਰੇ ਮਾਮਲਾ ਉੱਠਿਆ ਹੈ ਔਰ ਬਿਸ਼ਪ ਸਾਹਿਬ ਇਹਦੇ ਵਿੱਚ ਸੱਚਾ ਹੈ ਝੂਠਾ ਉਹਦੇ ਵਿੱਚ ਨਹੀਂ ਹੈ ਇਹ ਉਹਨਾਂ ਨੂੰ ਵੀ
ਜਾਣਕਾਰੀ ਹੋ ਗਈ ਆ, ਹੁਣ ਤੱਕ ਉਹਦੇ ਵਿੱਚ ਕੋਈ ਸ਼ੱਕ ਨਹੀਂ ਰਹਿਣਾ। ਠੀਕ ਹੈ ਸਰ। ਅੱਛਾ, ਬਿਸ਼ਪ ਸਾਹਿਬ ਨੇ ਹੁਣ ਤੱਕ ਵੀ ਐਂਟੀਸਪੇਟਰੀ ਬੇਲ ਨਹੀਂ ਲਗਾਈ? ਨਹੀਂ ਨਹੀਂ, ਬਿਸ਼ਪ ਸਾਹਿਬ ਨਹੀਂ ਲਗਾਉਣ, ਨਹੀਂ, ਕਿਉਂਕਿ ਬਿਸ਼ਪ ਸਾਹਿਬ ਇਹ ਬੋਲਦੇ ਕਿ ਉਹ ਸੱਚਾ ਹੈ, ਉਹਦੇ ਵਿੱਚ ਕੋਈ ਝੂਠ ਦੀ ਗੱਲ ਨਹੀਂ, ਨੋ ਅਲਜ਼ਾਮ ਦੀ ਗੱਲ ਨਹੀਂ, ਇਸ ਲਈ ਉਹ ਕੋਈ ਬੇਲ ਲਈ ਜਾਣਾ ਨਹੀਂ ਹੈ, ਕਿਉਂਕਿ ਜੋ ਵੀ ਹੈ ਜੇਲ੍ਹ ਜਾਣਾ ਹੈ ਤਾਂ ਵੀ ਉਹ ਖੁਸ਼ੀ ਨਾਲ ਜਾਣ ਲਈ ਤਿਆਰ ਹੈ, ਕਿਉਂਕਿ ਕੋਈ ਵੇਲ ਲੈਣ ਵਾਲੀ ਕੋਈ ਸਵਾਲ ਨਹੀਂ ਉੱਠਦਾ। ਥੈਂਕ ਯੂ। ਓਕੇ, ਥੈਂਕ ਯੂ।